स्वागत है किसान वीरों तुहाडा यूट्यूब चैनल सिदक डेयरी फार्मिंग दे विच। किसान वीरों अज फिर एक तुहानू शकीन वीर नाल मिलावांगे। पशु चंगे रखते हैं पिंड दोस्तों सेखा कलां तहसील बाघा पुराणा ते जिला इन्हां नूं मोगा पैंदा। सेखा कलां दोस्तों समालसर दे वी नेड़ रह जांदा पिंड। इह चौड़ा रोड दोस्तों मेन रोड ही इस पिंड दे विच दी लंघदा। सो इस पिंड दे विच बाई जी उहनां नूं पशु पालन नाल शौक है, पहलां तों ही पशु रखते हैं, चंगे पशु रखते हैं। तीन मझां सामने देख लो। वीडियो शुरू करन तों पहलां दस दिंदा दोस्तों, जिहड़ी पहले नंबर वाली मझ है इहदी चवाई हजे होनी है ते इहनां ने वेचनी है, चंगे दुध ते चल रही है। डिटेल इहदे बारे बाई तों पुछांगे। वैसे तुहानूं इहदां दे पशु जरूर दिखा दिंदा। छे सत्त पशु दोस्तों इत्थे रखे हुए है। तुसीं देखोगे जिहड़े पशु सारे ही जिहड़े बाई जी कोल हैगे उह 15+ वाले है। पहलां झोटियां दोस्तों जिवें हजे हुण 4 दंद होई है, इह वी 13+ इहने पहले सूए दुध दित्ता है। ਉਹ ਸਾਰੇ ਪਸ਼ੂ ਜਿੰਨੇ ਹੈਗੇ ਆ ਦੂਜੇ ਸੂਇਆਂ ਦੇ ਵਿੱਚ ਜਦੋਂ ਆ ਜਾਂਦੇ ਆ ਤਾਂ 15+ ਵਾਲੇ ਬਾਈ ਦੱਸਦਾ ਵੀ ਉਦੋਂ ਘੱਟ ਵਾਲਾ ਪਸ਼ੂ ਘਰੇ ਰੱਖਿਆ ਨਹੀਂ ਗਾ। ਸੋ ਦੋਸਤੋ ਆਓ ਵੀਡੀਓ ਨੂੰ ਅੱਗੇ ਸ਼ੁਰੂ ਕਰਦੇ ਹਾਂ, ਬਾਈ ਨਾਲ ਗੱਲਾਂ ਬਾਤਾਂ ਕਰਾਂਗੇ ਅਤੇ ਇਸ ਮੱਝ ਬਾਰੇ ਡਿਟੇਲ ਤੁਹਾਨੂੰ ਪੁੱਛ ਕੇ ਦੱਸਾਂਗੇ। ਕੋਸ਼ਿਸ਼ ਕਰਾਂਗੇ ਇਹਦਾ ਪਸਮਾਤ ਇਹਦੀਆਂ ਧਾਰਾਂ ਜਿਹੜੀਆਂ ਇਸੇ ਵੀਡੀਓ 'ਚ ਤੁਹਾਨੂੰ ਦਿਖਾ ਦਿਆਂਗੇ। ਬਾਈ ਸਤਿ ਸ਼੍ਰੀ ਅਕਾਲ। ਬਾਈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਬਾਈ ਜੀ ਕਿੰਨਾ ਕੁ ਟਾਈਮ ਹੋ ਗਿਆ ਪਸ਼ੂ ਰੱਖਦਿਆਂ ਨੂੰ? चंगे पशु जिवें आम आपां रूटीन च पिंडां च देखदे आं, पहली गल तां संभाल नहीं थोड़े वर्गी देखी किसे दी, दूजी गल आम 10-12 किलो दुध वाली मझ घरां च मसां मिलदी। नहीं जी, साडे कोल 1986 दे विच ही मझां 20 किलो वालियां सीगियां। 86 दे विच ही ओदों मुड़ के घोड़ियां दा शौक पै गया, घोड़ियां च वड़ के ते मझां गवा बैठे सीगे। अच्छा, हुण फिर कट्ठियां कीतियां। ठीक है, हुण फिर इधरों जिहड़ा चंगे दुध वालियां मझां किन्ना कु टाइम होया बनाउण लग्गे? मैनूं फीड वगैरा पाउणे आ ਆਪ ਬਣਵਾਉਣੇ ਆ ਜਾਂ ਕੋਈ ਮੁੱਲ ਦੀ ਲੈਣੇ ਫੀਡ? ਨਹੀਂ ਜੀ, ਆਪ ਹੀ ਬਣਾਉਣੇ ਆ। ਆਪ ਹੀ ਬਣਾਉਣੇ? ਹਾਂ ਜੀ। ਠੀਕ ਹੈ। ਅੱਛਾ, ਇਹ ਜਿਹੜੀ ਪਹਿਲੇ ਨੰਬਰ ਵਾਲੀ ਮੱਝ ਹੈ ਬਾਈ ਜਿਹੜੀ ਆਪਾਂ ਵੇਚਣੀ ਹੈ, ਇਹ 91 ਸੂਏ ਸੂਈ ਹੈ? ਇਹ ਜੀ ਦੂਜੇ ਸੂਏ ਆ। ਕਿੰਨਾ ਚਿਰ ਹੋਇਆ ਸੂਈ ਨੂੰ? ਇਹਨੂੰ ਅੱਜ 18 ਦਿਨ ਹੋ ਗਏ ਜੀ। 18 ਦਿਨ ਹੋ ਗਏ ਸੂਈ ਨੂੰ? ਬੱਚਾ ਇਹਦੇ ਮਗਰ? ਇਹਦੇ ਬੱਚਾ ਮਗਰ ਕੱਟੇ ਆ ਜੀ। ਠੀਕ ਹੈ, ਸੂਰਵੀਰ ਦੀ ਕੱਟੀ ਆ। ਸੂਰਵੀਰ ਜਿਹੜਾ ਕਰਨਵੀਰ ਦਾ? ਠੀਕ ਹੈ, ਜਗਰਾਜ ਦਾ ਕੱਟਾ। ਠੀਕ ਹੈ, ਠੀਕ ਹੈ, ਸੁਲਾਰੀਆਂ ਦੇ ਵਿੱਚ ਹੈਗਾ ਸ਼ਾਇਦ, ਹਰਿਆਣੇ ਦੇ ਵਿੱਚ? ਹਰਿਆਣੇ ਜਾ ਜੀ। ਹਾਂ, ਤੇ ਇਹ 18 ਦਿਨਾਂ ਦੀ ਸੂਈ ਥੱਲੇ ਦੁੱਧ ਕੰਡੇ ਤੋਲਵਾ ਕਿੰਨਾ? ਪਲੱਸ 15 ਕਿਲੋ ਆ ਹੁਣ ਚੱਲ ਰਹੀ ਹੈ। 15 ਕਿਲੋ ਦੇ ਮੇਲੇ ਚੱਲੀ ਨਹੀਂ, ਜੇ ਮੇਲੇ ਚੱਲ ਪਏ ਤਾਂ ਦੁੱਧ ਹੋਰ ਵਧੂਗੀ। ਠੀਕ ਹੈ, ਯਾਨੀ 15 ਕਿਲੋ ਕੰਡੇ ਤੋਲਣ ਵਾਲਾ ਜਿਹੜਾ ਤਿਆਰ ਆ? ਹਾਂ, ਪਲੱਸ 15 ਤਿਆਰ ਆ। ਠੀਕ ਹੈ, ਤੇ ਰੇਟ ਇਹਦਾ ਬਾਈ ਜੀ ਕੀ ਕਰਦੇ ਹੋ? ਇਹਦਾ ਰੇਟ 1,20,000 ਰੁਪਈਆ। 1,20,000? ਠੀਕ ਹੈ, ਤੇ ਦੁੱਧ ਵੱਲੋਂ ਫੁੱਲ ਗਰੰਟੀ ਹੈ ਵੀ ਇੰਨਾ ਕੋਈ ਵੀ ਵੀਰ ਆਵੇ ਭਾਵੇਂ 2 ਟਾਈਮ ਚੋਲੇ? 4 ਟਾਈਮ ਜੋ ਜੀ। ਠੀਕ ਹੈ, ਮਤਲਬ ਉਹਦਾ ਕਿਹੜਾ ਨਹੀਂ ਵੱਜੂਗਾ, ਦੁੱਧ ਨਹੀਂ ਘੱਟਦਾ? ਸੋ ਦੋਸਤੋ 15 ਕਿਲੋ ਤੋਂ ਉੱਤੇ ਦੁੱਧ ਨਿਕਲੂਗਾ। 15 ਮੰਨ ਲਓ ਤੁਸੀਂ ਕੋਈ ਵੀ ਵੀਰ ਆਉਣਾ ਚਾਹੁੰਦਾ, 2-3 ਟਾਈਮ ਚੋ ਕੇ ਦੇਖੋ ਦੁੱਧ ਤਿਆਰ ਹੈ। ਸਿੰਘ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਦੋਸਤੋ ਜਿੱਦਾਂ ਦਾ ਹੈਗਾ। ਦੂਜੇ ਸੂਏ ਸੂਈ ਹੈ ਇਹ ਦੋਸਤੋ, 6 ਦੰਦ ਬਾਈ ਜਿਹੜੀ ਦੱਸਦੇ ਆ ਦੂਜੇ ਸੂਏ ਸੂਪੀ ਹੈ ਇਹ। ਪੁੜਿਆਂ ਦੀ ਦੋਸਤੋ ਇਹਦੀ ਤੁਸੀਂ ਜੇ ਉੱਤੋਂ ਛੇਪ ਦੇਖੋਗੇ ਤਾਂ ਉਹ ਵੀ ਤੁਹਾਨੂੰ ਅੰਦਾਜ਼ਾ ਹੋ ਜਾਊਗਾ, ਕਿਉਂਕਿ ਮੈਂ ਪਹਿਲਾਂ ਵੀਡੀਓ ਦੇ ਵਿੱਚ ਵੀ ਕਿਹਾ ਵੀ ਜਿਹੜੇ ਪਸ਼ੂ ਪੁੜਿਆਂ ਦੇ ਇਸ ਤਰ੍ਹਾਂ ਪੱਧਰ ਹੋ ਜਾਂਦੇ ਆ, ਉੱਤੋਂ ਚੌੜੇ ਪੁੜੇ ਹੋ ਜਾਂਦੇ ਆ, ਉਹਨਾਂ ਦਾ ਦੁੱਧ ਚੰਗਾ ਹੀ ਨਿਕਲਦਾ। ਇਹ ਚੰਗੇ ਦੁੱਧ ਵਾਲੇ ਪਸ਼ੂਆਂ ਦੀ ਨਿਸ਼ਾਨੀ ਹੈ। ਥਾਣਾ ਹਵਾਨਾ ਤੁਸੀਂ ਇੱਥੋਂ ਦੇਖ ਲਓ, ਥੋੜ੍ਹਾ ਜਿਹਾ ਦੋਸਤੋ ਇਹ ਬੰਦ ਹਵਾਨਿਆਂ 'ਚ ਆਉਂਦੀ ਹੈ, ਜੋਸ਼ ਵਾਲਾ ਹਵਾਨਾ, ਪਰ ਥੱਲੇ ਨੂੰ ਕੋਈ ਢਿੱਲਾ ਹਵਾਨਾ ਉੱਦਾਂ ਦਾ ਨਹੀਂ ਗਾ। ਦੁੱਧ ਨੂੰ ਕਿਉਂਕਿ ਸੋਇਆ ਸੋਇਆ ਪਸ਼ੂ ਹੈ, ਹਰੇਕ ਵੀਰ ਜਿਹੜਾ ਪਸ਼ੂ ਵੇਚਦਾ ਉਹਨੂੰ ਪਤਾ ਜਿਹੜਾ ਆਊਗਾ ਉਹਨੇ ਚੋ ਕੇ ਦੇਖਣਾ, ਅਤੇ ਇਸ ਗੱਲ ਨੂੰ ਧਿਆਨ 'ਚ ਰੱਖ ਕੇ ਦੋਸਤੋ ਦੁੱਧ ਦੱਸਿਆ ਜਾਂਦਾ। ਖੋਲ ਲਓ ਬਾਈ ਕੱਟੀ, ਤੁਸੀਂ ਇਹ ਤਾਂ ਦੇਖ ਸਕਦੇ ਹੋ ਦੋਸਤੋ, ਇਹ ਇਹਦੇ ਨਾਲ ਕੱਟੀ ਹੈ। 18 ਕੁ ਦਿਨਾਂ ਦੀ ਮੱਝ ਸੂਈ ਹੋ ਗਈ ਹੈ। ਸੂਰਵੀਰ ਸਾਨ ਦੀ ਇਹ ਦੋਸਤੋ ਅੱਗੇ ਧੀ ਆ ਜਿਹੜੀ ਕੱਟੀ ਹੈ, ਅਤੇ ਬਾਕੀ ਮੱਝ ਤੁਹਾਡੇ ਸਾਹਮਣੇ ਆ ਦੋਸਤੋ, ਬਹੁਤ ਸੋਹਣੀ ਬਾਈ ਨੇ ਸੰਭਾਲੀ ਹੈ। ਹਵਾਨਾ ਦੋਸਤੋ ਪਿੱਛੇ ਨਾਲੋਂ ਅੱਗੇ ਵੱਲ ਨੂੰ ਥੋੜ੍ਹਾ ਵੱਧ ਦਿਖਾਉਂਦੀ ਹੈ, ਤੁਸੀਂ ਅਗਲੇ ਥਾਂ 'ਤੇ ਇਹਦਾ ਹਵਾਨਾ ਦੇਖ ਸਕਦੇ ਹੋ। ਫਰਸ ਬਾਈ ਦੇ ਸਾਰੇ ਘਰ 'ਚ ਲੱਗੀ ਹੈ, ਕਈ ਤਰ੍ਹਾਂ ਪਸ਼ੂ ਜਿਹੜੇ ਆ ਤਿਲਕਣ ਤੋਂ ਦੋਸਤੋ ਡਰਦੇ ਰਹਿੰਦੇ ਆ। ਹਾਂ, ਇੱਧਰ ਨੂੰ ਕੱਢ ਲਓ। ਮੱਝ ਦੋਸਤੋ ਉੱਚੇ ਲੰਬੇ ਕੱਦ ਦੀ, ਪੂਰੀ ਵੇਲ ਵਾਲੀ। ਹਵਾਨਾ ਇਹਦਾ ਜੋਸ਼ ਵਾਲਾ ਬਹੁਤ ਵੱਡਾ, ਬਾਕੀ ਜੋ ਚੀਜ਼ ਹੈ ਉਹ ਤੁਹਾਡੇ ਸਾਹਮਣੇ ਹੈ, ਦੇਖ ਸਕਦੇ ਹਾਂ, ਬੜਾ ਕਮਾਲ ਆ ਬਈ।
सो दोस्तो ये मर्ज माई जी होर ने वेचनी है, दूजे सूए की झोटी है, चंगे थान हवाने की है, चंगे दुध वाली है। दुध भी दोस्तो यदा तैयार है इस टाइम मौके पर, कला ये सून वाले पशु का 15 किलो नहीं क्या सूई सवाई च दुध तो इस टाइम चल रही है, वह दुध थोनू दस्या गया सोहने हवाने की है, सोहने थाना की है। बाकी जरा दोस्तो थाना हवाना जरा अगे न भी चंगा दिखाई है, तुम इतों देख लो गे थाना च बीथी बहुत ज्यादा है, थान का सैज भी बहुत वधिया। हवाना दोस्तो इतों देख सकते हैं, तुम माड़ी पूछ करो पासे नू देख सकते हैं दोस्तो बहुत सोहना हवाना है। सो दोस्तो दुध दोनों थाना दे विच पिछलियां दे विच आपस विच बराबर निकलूगा, जो कि तुसी देख लेना किसी पक्ष तो कोई कमी नहीं गी। बाकी इसे वीडियो च दोस्तो इहदी तुहानू इहदियां पसमा ते धारा भी दिखा देंगे। पसमा दोस्तो थाना का तुसी देख लो, चारे थान निखड़ रहे हैं बिलकुल, बहुत सोहना पसमा है। बाकी हवाने के उत्ते नाड़ा भी देख सकते हैं। हालांकि दोस्तो वीडियो थोड़ी जी ये चवाई तो अद्धा घंटा लेट बनाने लगी। सो दोस्तो ये मज भी भाई हरी दोनों पासे बैठ के चाहते हैं। थाना दे विच्चों जिहड़ा जो तारा निकलदी दोस्तो बाल्टी च तुहानू खड़का जिहड़ा खड़का हुंदा उहदे तों अंदाजा हो जूगा। बाकी तारा दी ते नाल दुध दी फुल गरंटी है दोस्तो। सो जे किसी वीर ने मज लैनी है, सील मज है, ठंडी सील है, चंगे दुध वाली है। दोस्तो दुध भी तुहानू इसे तरह दिखा दिंदे आ, बाल्टी च तुसी दुध देख सकते हैं, पूरी बाल्टी उत्तों तक भरता, तुसी बाई जोरां नाल कॉल कर सकते हैं। धन्नवाद दोस्तो वीडियो देखने लई।